ਲਓ ਵੀ ਦੋਸਤੋ, ਜਮਾਂ ਮੁਕਤਸਰ ਮੇਲੇ ਦੇ ਆਪਾਂ ਐਂਡ 'ਤੇ ਆ ਗਏ, ਮਾਘੀ ਮੇਲੇ ਦੇ, ਅਤੇ ਇੱਧਰਲੀ ਸਾਈਡ ਬਸ ਜਮਾਂ ਕਬਰਾਂ ਵਾਲੀ ਪਿੰਡ ਰਹਿ ਗਿਆ, ਅਤੇ ਇੱਥੇ ਬਾਈ ਝੰਡੇ ਵਾਲੀਆਂ ਨੇ ਦੋ ਘੋੜੇ ਲਿਆਉਂਦੇ ਹੋਏ ਆਪਣੇ, ਇੱਧਰ ਨੁਗਰਾ ਅਤੇ ਇੱਕ ਇੱਧਰ ਮਾਰਵਾੜੀ। ਕੀ ਹਾਲ ਨੇ ਬਾਈ? ਬਾਈ ਅੰਮ੍ਰਿਤ ਵਧੀਆ, ਅਤੇ ਤੁਹਾਡਾ ਸਵਾਗਤ ਕਰਦੇ ਪਹਿਲਾਂ ਤਾਂ ਭਰਾਵਾਂ ਨੂੰ ਆਪਣਾ ਨਾਂ ਦੱਸਦੇ ਬੜੇ ਬਾਈ। ਬਾਈ ਮੇਰਾ ਨਾਂ ਹੈਗਾ ਕੁਲਜਿੰਦਰ ਸਿੰਘ ਖਾਲਸਾ। ਕੁਲਜਿੰਦਰ ਸਿੰਘ ਖਾਲਸਾ, ਅਤੇ ਝੰਡੇ ਵਾਲਾ ਸਟੱਡ ਫਾਰਮ ਆਪਣਾ ਮੋਗਾ ਜ਼ਿਲ੍ਹਾ ਦੇ ਵਿੱਚ, ਪਿੰਡ ਝੰਡੇ ਵਾਲਾ। ਪਿੰਡ ਝੰਡੇ ਵਾਲਾ, ਹਾਂਜੀ ਬਾਈ, ਜ਼ਿਲ੍ਹਾ ਮੋਗਾ। ਹਾਂਜੀ, ਜ਼ਿਲ੍ਹਾ ਮੋਗਾ। ਅਤੇ ਕਿੰਨੇ ਜਾਨਵਰ ਆ ਬਾਈ? ਦੋ ਲਿਆਉਂਦੇ ਕਿ ਬਾਈ? ਆ ਰਹੀ ਆ ਸੇਲ ਵਾਲੀ ਘੋੜੀ ਆ ਰਹੀ ਆ ਇੱਕ, ਠੀਕ ਆ, ਤੇ ਘੋੜੇ ਦੋਨੇ ਹੀ ਆਪਾਂ ਦੋ ਹੀ ਲਿਆਂਦੇ ਆ। ਘੋੜੇ ਦੋ ਹੀ ਲਿਆਂਦੇ ਆ। ਇਹਦਾ ਕੀ ਨਾਂ ਰੱਖਿਆ ਬਾਈ? ਇਹਦਾ ਨਾਂ ਬਾਈ ਰੈਂਬੋ ਆ। ਰੈਂਬੋ, ਕਿਹੜੇ ਦਾ ਬੱਚਾ ਆ ਬਾਈ? ਇਹ ਐਸਕੋਬਾਰ ਦਾ ਬਾਈ। ਐਸਕੋਬਾਰ ਦਾ ਬੱਚਾ ਬਾਈ ਵਿਕਰਾਂਤ ਸ਼ਰਮਾ ਵਾਲੇ ਦਾ। ਠੀਕ ਆ, ਠੀਕ ਆ ਬਾਈ, ਠੀਕ ਆ। ਕਿੰਨੇ ਟਾਈਮ ਦਾ ਹੋ ਗਿਆ ਭਰਾ? ਇਹ ਬਾਈ 2 ਸਾਲਾਂ ਦਾ, ਪੂਰਾ 2 ਸਾਲਾਂ ਦਾ ਹੋ ਗਿਆ। ਪੂਰਾ ਸਹੀ ਜਮਾ ਨੈਟ ਫਿਟ 2 ਸਾਲ ਦਾ? ਹਾਂਜੀ ਹਾਂਜੀ, 2 ਸਾਲ ਦਾ। ਸਰ ਤੱਕ ਕੁੜੀਆਂ ਦੇ? ਨਹੀਂ ਬਾਈ, ਹਲੇ ਨਹੀਂ ਛੱਡਿਆ, ਹਜੇ ਤਾਂ ਛੋਟਾ ਹੈ। ਤੇ ਹਾਈਟ ਕਿੰਨੀ ਲੱਗ ਗਿਆ ਬੜੇ ਭਾਈ? ਹਾਈਟ ਬਾਈ ਜਦੋਂ ਆਪਾਂ ਉੱਥੋਂ ਵੀਡੀਓ ਕਰਾਈ ਨਾ ਗਾ ਪੂਰੀ, ਜਦੋਂ ਆਪਾਂ ਛੱਡਣ ਲੱਗੇ ਸਰਵਿਸ ਤੇ, ਉਦੋਂ ਮਿਣਾਂਗੇ, ਹਲੇ ਮਿਣਿਆ ਨਹੀਂ। ਹਲੇ ਕਿਹੜਾ ਸਰਪ੍ਰਾਈਜ਼ ਹੀ ਰੱਖਿਆ? ਹਾਂ, ਹਜੇ ਕੋਹ ਨਹੀਂ ਮਿਣਿਆ, ਸਾਹਮਣੇ ਮਿਣਾਂਗੇ ਬਾਈ। ਯਾਰ ਇੱਕ ਗੱਲ ਆ, ਬੜਾ ਫੁਲਕਾਰੀਆਂ ਬਲਕੂਰੀਆਂ ਦੇ ਕੇ ਜਮਾਂ ਛਾਂਡੀਗੜ੍ਹ ਰੱਖੀ ਆ ਭਰਾ ਯਾਰ। ਪਤਾ ਹੀ ਬਾਈ ਮੇਲੇ ਦਾ, ਫਿਰ ਇੱਕ ਪਹਿਲਾ ਮੇਲਾ ਸੀਗਾ। ਹਾਂ ਬਾਈ, ਤੇ ਚਾ ਬੜਾ ਸੀਗਾ। ਪਹਿਲੇ ਕਿਹੜੇ ਲਾਇਆ? ਹਾਂ, ਪਹਿਲਾ ਹੀ ਮੇਲਾ ਬਾਈ। ਤੇ ਆਪਾਂ ਹੋਰਨੀਆਂ ਖੁਰਨੀਆਂ ਵੀ ਸਾਰੀਆਂ ਐਤਕੀਆਰੀ ਬਣਾਈਆਂ ਇਹਨਾਂ ਵਾਸਤੇ। ਦੇਖੋ ਦੋਸਤੋ, ਕੋਕੇ ਕੂਕੇ ਲਾ ਕੇ, ਪਾਲਸ਼ਾ ਪੂਲਸ਼ਾ ਮਾਰ ਕੇ ਜਮਾਂ ਚੱਬੀ ਕੱਢ ਰੱਖਿਆ ਬਾਈਆਂ ਨੇ, ਤੇ ਆਹ ਨੰਬਰ ਆ ਬਾਈਆਂ ਦਾ, ਇਹ ਵੀ ਕਰ ਲਓ ਨੋਟ। ਤੇ ਮਾਂ ਦਾ ਕੋਈ ਪਤਾ ਬਾਈ, ਮਾਂ ਕਿਹੜੇ ਪਸ਼ੂ ਸੀ? ਮਾਂ ਬਾਈ ਕਨਫਰਮ ਨਹੀਂ ਆਪਾਂ, ਕਿਉਂਕਿ ਇਹ ਲਿਆ ਹੀ ਸੀਗਾ, ਤੇ ਜੈਡ ਬਲੈਕ ਸੀ, 62 ਪਲੱਸ ਹਾਈਟ ਸੀ ਉਹਦੀ। ਠੀਕ ਆ ਬਾਈ। ਹਾਂਜੀ ਹਾਂਜੀ, 62 ਪਲੱਸ ਹਾਈਟ ਸੀ ਮਾਂ। ਹਾਂਜੀ ਹਾਂਜੀ, ਤੇ ਬਾਕੀ ਬਾਈ ਸੁਨੱਖੀ ਵਾਲੀ ਸੀ, ਇਹਦੇ ਕੰਨ ਤਾਂ ਹੀ ਕੁੰਡੀ ਵਾਲਾ ਆਇਆ ਬਾਈ ਇਹਦਾ। ਬਾਕੀ ਬਾਈ ਬੱਚਾ ਇਹ ਵੀ ਠੀਕ ਆ ਬਾਈ, ਕੰਨਾਂ ਕੁੰਨਾਂ ਕਰਨ, ਬਾਕੀ ਖੜਨੀ ਕਰਨੀ ਬਾਈ ਤੁਹਾਡੇ ਸਾਹਮਣੇ ਹੀ ਆ। ਹਾਂ ਬਾਈ, ਬਹੁਤ ਸ਼ੋਅ ਬਹੁਤ ਕਰਦਾ ਆਪਦੇ ਆਪ। ਮੈਨੂੰ ਵੀ ਬਾਈ ਜਦੋਂ ਸੁਬਾਹ ਬਾਈ ਨੇ ਫੋਨ ਕਰਿਆ, ਕਹਿੰਦਾ ਐਤਕੀ ਤਾਂ ਭਰਾ ਬਣ ਕੇ ਸੁੱਕਾ ਮੁਰਜੀ ਮਾ, ਕੋਈ ਬਾਲਾ ਗਰਮ ਬਾਲਾ ਜਾ। ਅੱਜ ਇਹਨੂੰ ਇਸੇ ਲਈ ਇਹਨੂੰ ਪਿੰਡ ਭੇਜਣ ਲੱਗੇ ਆ। ਠੀਕ ਆ, ਤੇ ਭੇਜਣਾ ਇਹਨੂੰ? ਹਾਂ, ਕਿਉਂਕਿ ਇਹ ਬਿਲਕੁਲ ਹੀ ਨਹੀਂ ਖੜਿਆ ਜਿੱਦਣ ਦਾ ਆਇਆ ਨਾ। ਠੀਕ ਆ, ਤੇ ਅੱਜ ਵੀ ਕਰੀ ਜਾਂਦਾ? ਹਾਂ, ਬਹੁਤ ਜ਼ਿਆਦਾ, ਕਿਉਂਕਿ ਪਹਿਲਾ ਮੇਲਾ ਸੀਗਾ, ਫਿਰ ਅਸੀਂ ਕਿਹਾ ਸੱਟ ਨਾ ਖਾ ਲੇਵੇ। ਠੀਕ ਆ ਬਾਈ, ਕੱਲ ਨੇ 2-3 ਵਾਰੀ ਸੱਟ ਖਾ ਲੈਣੀ ਸੀਗੀ, ਬਹੁਤ ਭੈੜਾ ਡਿੱਗਿਆ। ਲਓ ਵੀ ਦੋਸਤੋ, ਵੀਡੀਓ ਜੀ ਕਰ ਲਓ ਦਰਸ਼ਨ, ਕਿਉਂਕਿ ਅੱਜ ਜਾਣਾ ਘੋੜੇ ਨੇ। ਤੇ ਆ ਜਾ ਬਾਈ, ਹੁਣ ਇਧਰਲੇ ਬਾਰੇ ਵੀ ਦੱਸਗੇ? ਆ ਜਾਓ ਜੀ, ਆ ਜਾਓ। ਇਹਦਾ ਤਾਂ ਫਰਾਲੇ ਲਾਂਚ ਕਦੋਂ ਕਰਨਾ ਹੈ? ਆ ਮਤਲਬ ਇਹ ਹਲੇ 1 ਸਾਲ ਨਹੀਂ ਬਾਈ ਆਪਾਂ ਕਰਦੇ, 1 ਸਾਲ ਨਹੀਂ ਕਰਦੇ ਪੂਰਾ, ਸਹੀ 3 ਸਾਲ ਦਾ ਕਰਕੇ ਛੱਡਣਾ। ਹਾਂਜੀ, 3 ਸਾਲ। ਠੀਕ ਆ ਬਾਈ। ਹਾਂਜੀ, ਤੇ ਇਹ ਕਿਹੜੇ ਦਾ ਆ ਗਿਆ ਬਾਈ? ਇਹ ਬਾਈ ਬੇਤਾਬ ਦਾ ਆ ਗਿਆ। ਠੀਕ ਹੈ, ਕਿੰਨੇ ਟਾਈਮ ਦਾ ਭਰਾ? ਇਹ ਬਾਈ 2 ਦੰਦ ਹੁਣ ਹੋਇਆ। ਠੀਕ ਹੈ, 2 ਦੰਦ ਹੋਇਆ। ਹਾਂਜੀ, ਤੇ ਕਿੰਨੀ ਹਾਈਟ ਕਿੰਨੀ ਲੱਗਿਆ ਬਾਈ? ਹਾਈਟ ਬਾਈ 64 ਪਲੱਸ ਕਰ ਗਿਆ। 64 ਪਲੱਸ ਹਾਈਟ ਕਰ। ਹਾਂਜੀ, ਤੇ ਮਾਂ ਨੌਕਰੀ ਹੋਈ ਸੀ ਬਾਈ? ਮਾਂ ਬਾਈ ਨੌਕਰੀ ਆ। ਠੀਕ, 62 ਪਲੱਸ ਹਾਈਟ ਸੀਗੀ ਮਾਂ ਦੀ ਇਹਦੀ। ਠੀਕ ਆ ਬਾਈ, ਤੇ ਆਪ ਇਹ ਜਸਪਾਲ ਅੰਕਲ ਕੋਲ, ਜਿਹੜੇ ਸਾਰੇ ਜਾਣਦੇ ਹੀ ਹਨ, ਬਾਹਰ ਅੱਗੇ ਚਲਾ। ਕੌਣ ਨਹੀਂ ਜਾਣਦਾ? ਹਾਂਜੀ ਹਾਂਜੀ, ਅੱਗੇ ਚਲਾ, ਬਹੁਤ ਹੀ ਮਤਲਬ ਟੌਪ ਦਾ ਘੋੜਾ ਰਿਹਾ ਦੋਸਤ। ਇਹ ਤੋਂ ਆਪਾਂ ਬੜੇ ਚੰਗੇ ਰੇਟ 'ਚ ਗਿਆ, ਇਹ ਤੋਂ ਕਰਵਾਤੀਆਂ ਆਪਾਂ, 13-14 ਘੋੜੀਆਂ ਮੇਟ ਹੋ ਗਈਆਂ, ਚੈੱਕ ਪਾਸ ਹੋ ਗਈਆਂ, ਚੈੱਕ ਪਾਸ ਹੁਣ ਹੀ ਛੱਡਿਆ ਇਹ ਵੀ ਆਪਾਂ। ਕਿੰਨਾ ਕੁ ਟਾਈਮ ਹੋ ਗਿਆ ਬਾਈ ਛੱਡਣ ਲੱਗਣ? ਬਸ 3-3 ਮਹੀਨੇ ਹੋਏ ਸਾਰੀਆਂ ਘੋੜੀਆਂ ਨੂੰ, 2.5-3 ਮਹੀਨੇ ਬਸ ਇੱਥੇ ਹੀ ਹੋਇਆ, ਕਬਣ ਰਹਿ ਗਈਆਂ ਸਾਰੀਆਂ। ਹਾਂ, ਚੈੱਕ ਪਾਸ ਹੋ ਗਈਆਂ। ਬਾਕੀ ਦੋਸਤੋ, ਬੱਚਾ ਮਜ਼ਬੂਤੀ ਮਜ਼ਬੂਤੀ ਕਰਨ ਉਹ ਵੀ ਓਕੇ ਰਿਪੋਰਟ ਆ, ਹੈ ਨਾ, ਅਤੇ ਚੈੱਕ ਕਰੋ ਜੇ। ਬਾਕੀ ਜੇ ਦੇਖਗੇ ਤਾਂ ਬਾਬੇ ਉਹ ਪੂਰੀ ਐਨ ਘੈਂਟ ਚੀਜ਼ ਆ ਵੀ, ਅਤੇ ਸਜ਼ਾ ਬਾਈ ਹੋਰਾਂ ਨੇ ਨਾ ਫੁਲਕਾਰੀਆਂ ਫੁਲਕੂਰੀਆਂ ਦੇ ਕੇ ਗਰਦੀ ਕੱਢ ਰੱਖੀ ਆ ਜਮਾ, ਇਹ ਫੁਲਕਾਰੀਆਂ ਵੀ ਬਾਈ ਮੈਨੂੰ ਤਾਂ ਘਰ ਦੀਆਂ ਬਣੀਆਂ ਹੀ ਲੱਗਦੀਆਂ ਨੇ। ਬਸ ਹੁਣ ਹੀ ਤਿਆਰ ਕਰਵਾਈਆਂ ਬਾਈ, ਤਿਆਰ ਕਰਵਾਈ ਮੇਲਾ, ਕਿਉਂਕਿ ਪਹਿਲਾਂ ਲਾਉਣਾ ਸੀਗਾ ਤਾਂ ਤੈਨੂੰ ਪਤਾ ਚਾਹ, ਵਿਆਹ ਨੂੰ ਵੱਧ ਚਾਹ ਹੁੰਦਾ ਮੇਲੇ ਦਾ। ਠੀਕ ਆ ਬਾਈ, ਇਹ ਬੱਚੇ ਪਾਲੇ ਸੀਗੇ ਬਾਈ? ਬੱਚੂ ਲੈ? ਨਹੀਂ, ਇਹ ਵੀ ਆਪਾਂ ਲਿਆ ਹੀ ਸੀਗਾ। ਠੀਕ ਆ, ਲਿਆ ਹੀ? ਹਾਂਜੀ ਹਾਂਜੀ, ਇਹ ਵੀ ਲਿਆ ਹੀ ਸੀਗਾ। ਤੇ ਘੋੜਿਆਂ ਦਾ ਵੀ ਪਹਿਲਾ ਮੇਲਾ ਕਰਕੇ ਨਾ ਥੋੜਾ ਜ਼ਿਆਦਾ ਕਰ ਰਿਹਾ, ਹਾਂ ਥੋੜਾ ਘੱਟ ਕਰਦਾ। ਪਹਿਲੇ ਮੇਲੇ 'ਚ ਤਾਂ ਬਾਈ ਹੌਲੀ ਹੌਲੀ ਜਾਨਵਰ ਕੰਫਰਟੇਬਲ ਹੋਣ ਲੱਗਦਾ। ਉਹ ਆਪਾਂ ਪਹਿਲੀ ਵਾਰ ਕੱਢਿਆ ਕਾਲਾ,
ਇਹ ਤਾਂ ਘੋੜਾ ਹਾਲੇ ਫਿਰ ਵੀ ਸਾਨੂੰ ਇਹਦਾ ਸੀ ਵੀ ਇਹ ਹਾਲਤ ਜ਼ਿਆਦਾ ਕਰੂ, ਠੀਕ ਹੈ, ਤੇ ਪਰ ਉਹ ਮੱਝੂ ਕੇ ਬਲੱਡ ਲੈਣ ਤੁਹਾਨੂੰ ਪਤਾ ਥੋੜੀ ਜਿਹੀ ਫਿਰ ਗਰਮ ਬਾਲੀ ਜ਼ਿਆਦਾ ਹੀ ਆ, ਇਹ ਵਧੀਆ ਟੈਗ ਗਿਆ ਤੇ ਉਹਨੇ ਤਾਂ ਫਿਰ ਬਹੁਤ ਪਰੇਸ਼ਾਨ ਕੀਤਾ ਤਾਂ ਉਹਨੂੰ ਘਰੇ ਭੇਜ ਰਹੇ ਆ। ਇਹਦਾ ਹੈ ਭਰਾ ਇਹ ਤਾਂ। ਤੇ ਬੜੇ ਭਾਈ ਜੇ ਗੱਲ ਕਰਕੇ ਪਹਿਲਾ ਮੇਲਾ ਸੀ ਜਿਵੇਂ ਤੁਹਾਡਾ ਹਨਾ ਜਾਨਵਰਾਂ ਦਾ ਚਲੋ ਹੁੰਦੇ, ਤੁਹਾਡਾ ਐਕਸਪੀਰੀਅੰਸ ਕਿਵੇਂ ਰਿਹਾ ਮੇਲੇ ਦਾ? ਬਾਈ ਅੱਛੀ ਨਾ ਬਸ ਵੀ ਨਜ਼ਾਰੇ ਆ ਗਏ, ਗੱਲਬਾਤ ਐਂਡ ਹੀ ਹੋਈ ਪਈ ਆ, ਦਿਲ ਨੀ ਕਰਦਾ ਆਪਾਂ ਲਾਸਟ ਤੇ ਸਾਰਿਆਂ ਨੂੰ ਪਹਿਲਾਂ ਆ ਗਏ ਸੀ, ਕੁਛ ਨੀ ਸੀ ਇੱਥੇ, ਠੀਕ ਆ ਬਾਈ ਜਦੋਂ ਦੇ ਜਿੱਦਣ ਦੇ ਅਸੀਂ ਬਾਈ ਦੇਖ ਲਓ ਦੋਸਤੋ ਤੁਸੀਂ ਆ ਕਮਰਾਂ ਵਾਲੀ ਸਾਈਡ ਆ, ਇੱਧਰ ਵੀ ਪੂਰਾ ਰੌਣਕ ਮੇਲਾ ਲੱਗਾ ਪਿਆ ਤੇ ਹਲੇ ਅੱਜ 12 ਤਰੀਕ ਆ ਤੇ ਆਪਾਂ ਬਾਕੀ ਸਾਰਾ ਮੇਲਾ ਭਰਦਾ ਸਹੀ ਦੱਸ ਸਾਰਾ ਪ੍ਰਬੰਧ ਅਸੀਂ ਬਾਈ 7 ਤਰੀਕ ਦੇ ਆਏ ਮੈਂ। ਅੱਛਾ 7 ਨੂੰ ਆ ਗਏ ਸੀ? 7 ਨੂੰ ਆ ਗਏ ਸੀ, 9 ਨੂੰ ਜਾਨਵਰ ਲੈ ਕੇ ਆਏ ਆ, ਠੀਕ ਆ ਬਾਈ, ਤੇ 7 ਨੂੰ ਅਸੀਂ ਆਪ ਆ ਗਏ ਪਹਿਲੀਆਂ ਜੀ ਕਹ ਲਈ ਸੀ ਲਗਾ, ਹਾਂ ਪਹਿਲੀਆਂ ਚ 9 ਨੂੰ ਆਪਾਂ ਆਪਣਾ ਸਟੋਰੀ ਲਵਾ ਕੇ ਠੀਕ ਆ ਬਾਅਦ ਦੇ ਵਿੱਚ ਘੋੜੇ ਲੈ ਕੇ ਆਏ ਬਾਅਦ ਚੋਂ ਲੈਂਦੇ, ਹਾਂ ਆ ਪਹਿਲਾਂ 7 ਤਰੀਕ ਦੇ ਆਏ ਮੈਂ ਤੇ ਖੁਰਣੀਆਂ ਖਰਨੀਆਂ ਦੋਸਤੋ ਦੋਨੇ ਘੋੜਾਂ ਦੀਆਂ ਐਂ ਤੇ ਚਾਰ ਰੱਖੀਆਂ। ਬਾਕੀ ਬਾਈ ਜੇ ਐਂ ਗੱਲ ਕਰਕੇ ਤਾਂ ਹੁਣ ਫਿਰ ਆਪਣਾ ਉਹਨੂੰ ਤਾਂ ਅੱਜ ਭੇਜ ਦੋਗੇ, ਇਹਨੂੰ ਰੱਖੋਗੇ? ਇਹ ਰੱਖਾਂਗੇ ਠੀਕ ਹੈ, ਕਿਉਂਕਿ ਘੋੜੀ ਆ ਰਹੀ ਹੈ ਸੇਲ ਵਾਲੀ, ਫਿਰ ਨਾਲ ਘੋੜੀ ਖੜੇ ਤਾਂ ਉਦੋਂ ਵੀ ਜ਼ਿਆਦਾ ਕਰੂਗਾ। ਤੇ ਇਹਦੀ ਫੀਸ ਕਿੰਨੀ ਰੱਖੀ ਹੈ ਬਾਈ? ਇਹਦੀ ਬਾਈ ਆਪਾਂ 11,000 ਹੀ ਰੱਖੀ ਹੈ ਸਾਰੀ। 11,000? ਹਾਂਜੀ 11। 11,000 ਤੇ ਦੋਸਤੋ ਝੰਡੇ ਵਾਲਾ ਸਟੱਡ ਬਰਨ ਤੇ ਝੰਡੇ ਵਾਲਾ ਪਿੰਡ ਚ ਮੂਗਾ ਜ਼ਿਲ੍ਹਾ ਚੱਲ ਰਿਹਾ ਬਾਈ ਘੋੜਾ, ਜੇ ਕੋਈ ਭਰਾ ਸਰਵਿਸ ਲੈਣਾ ਚਾਹੁੰਦਾ ਤਾਂ ਆਹ ਬਾਈਆਂ ਦਾ ਨੰਬਰ ਹੈ, ਇਹਦੇ ਤੇ ਤੁਸੀਂ ਸੰਪਰਕ ਕਰ ਸਕਦੇ ਹੋ, ਘੰਟੀ ਮਾਰ ਲਿਓ। ਇਹ ਨੰਬਰ ਤੇਰੀ ਹੈ ਬਾਈ? ਹਾਂਜੀ ਮੇਰਾ ਹੀ। ਠੀਕ ਹੈ, ਤੇ ਆਪਣਾ ਉਹਦਾ ਬਾਈ ਦਾ ਕੀ ਨਾਮ ਜਿਹੜਾ ਬਾਹਰ ਆਸਟ੍ਰੇਲੀਆ 'ਚ ਰਹਿੰਦਾ? ਗੁਰਿੰਦਰ ਸਿੰਘ ਯੋਲ ਆਸਟ੍ਰੇਲੀਆ, ਤੇ ਬਾਈ ਅਮਰਜੀਤ ਸਿੰਘ UK। ਠੀਕ ਹੈ ਬਾਈ, ਦੋ ਭਰਾ ਆਪਣੇ ਬਾਹਰ। ਹਾਂਜੀ, ਇਹ ਵੀ ਗਰਮੈਸ਼ ਹੀ ਲੱਗਦਾ ਬਾਈ ਹਨਾ? ਨਹੀਂ ਇਹ ਫਿਰ ਵੀ ਟੈਕ ਜਾਂਦਾ ਥੋੜਾ, ਨੁਕਰੇ ਦਾ ਤੇ ਮਾਰਵਾੜੀ ਦਾ ਬਾਈ ਵੈਸੇ ਹੀ ਬਹੁਤ ਜ਼ਿਆਦਾ ਫਰਕ ਆ। ਬਾਕੀ ਦੋਸਤੋ ਇੱਧਰ ਵੀ ਭਰਾਵਾਂ ਦੀ ਮਹਿਫਲ ਲੱਗੀ ਹੋਈ ਆ, ਇਹ ਸਾਰੇ ਆਪਣੇ ਵੀਰ ਪਿੰਡੋਂ ਹੀ ਆ, ਪਿੰਡ ਤੋਂ ਹੀ ਆ, ਇਹ ਆਏ ਅੱਜ ਅੱਧੇ ਅੱਧੇ ਦਾ ਆਪਣੇ ਨਾਲ ਆਏ, ਅੱਧੇ ਵੈਸੇ ਆਏ ਅੱਜ। ਠੀਕ ਆ ਬਾਈ, ਤੁਹਾਡਾ ਵੀ ਬਾਈ ਪਹਿਲੇ ਹੀ ਆ ਮਿਲਾ? ਆ ਗਿਆ ਨਜ਼ਾਰਾ ਪੂਰਾ ਬਾਈ ਵਰਗੇ ਵੀ ਕਹਿੰਦੇ ਬਾਈ ਮੇਲੇ ਦਾ ਸਵਾਦ ਵੱਖਰਾ ਹੀ ਆ, ਬਹੁਤ ਭਰਾ ਆਪਣੇ ਆਏ ਆ, ਬਾਈ ਵਿਆਹ ਨਾਲੋਂ ਵੱਧ ਜਾ ਹੁੰਦਾ ਨਾ। ਮੈਂ ਯਾਰ ਵੀਰ ਪੁੱਛੀ ਨਾ ਤੇ ਇੱਕ ਆਏ ਆ ਨਾ ਵੀ ਪਹਿਲੀ ਯਾਰ ਸਿੱਖਣ ਨੂੰ ਬਹੁਤ ਕੁਝ ਮਿਲਦਾ, ਹੁਣ ਜਿਵੇਂ ਘੋੜੇ ਇਲਤ ਕਰਦੇ ਆ ਤੇ ਸਿੱਖਣ ਨੂੰ ਮਿਲਦਾ ਵੀ ਇਹਨੂੰ ਕਿਵੇਂ ਕਾਬੂ ਕਰਨਾ ਮੇਲੇ ਦੇ ਵਿੱਚ ਆ ਕੇ, ਸਾਰਾ ਗਿਆਨ ਆ ਜਾਂਦਾ ਬਾਈ। ਹਾਂ ਹਾਂ ਪੂਰਾ, ਜਿਹੜੀ ਗੱਲ ਇੱਕ ਆਪਣੇ ਮੁੰਡੇ ਖੁੰਡੇ ਜਿਹੜੇ ਡੈੱਕ ਡੁੱਕ ਲਾ ਕੇ ਰੱਖਦੇ ਉਹਨਾਂ ਤੋਂ ਵੀ ਥੋੜਾ ਆਪਾਂ ਜਾਨਵਰ ਬਾਹਰ ਨਹੀਂ ਕੱਢਦੇ, ਉਹ ਤੋਂ ਵੀ ਡਰਦਾ ਜਾਨਵਰ, ਹੁਣ ਪਤਾ ਲੱਗ ਗਿਆ ਵੀ ਕਿਹੜੀ ਕਿਹੜੀ ਚੀਜ਼ ਤੋਂ ਡਰਦੇ, ਫਿਰ ਉਹ ਚੀਜ਼ ਦਾ ਡਰ ਆਪਾਂ ਚੱਕਾਂਗੇ ਘਰੇ। ਚਲੋ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਾਈ, ਜੇ ਕੋਈ ਦੋਸਤੋ ਭਰਾ ਸਰਬਤ ਲੈਣਾ ਚਾਹੁੰਦਾ ਤਾਂ ਇਹਦੇ ਕੁੜੇ ਦਾ ਨਾਂ ਕੀ ਹੈ ਬਾਈ, ਮੜਾ ਦੱਸ ਦਈਏ ਆਪਣੇ ਮਿੱਤਰਾਂ ਨੂੰ? ਇਹਦਾ ਨਾਂ ਆਵੇ ਆ ਦਿਖਾ ਦੇ ਸਾਰਾ ਆਪਣਾ ਇਸੇ ਕਰਕੇ ਬਣਾਇਆ, ਹਾਂ ਬਰੂਦ ਇਹਦਾ ਨਾਂ ਹੈ, ਆਪਾਂ ਲਾ ਦਾਂਗੇ ਬਾਅਦ ਚ। ਬਰੂਦ ਇਹਦਾ ਨਾਂ ਦੋਸਤੋ, ਕੋਈ ਰੌਲੀ ਵਾਲੇ ਅਰਜਨ ਦਾ ਪੋਤਾ ਹੈ, ਰੌਲੀ ਵਾਲੇ ਬਤਾਵ ਦਾ ਬੱਚਾ ਹੈ ਤੇ ਇਹਦਾ ਨਾਂ ਬਾਈ ਬਰੂਦ ਆ, ਪਰ ਬਤਾਵ ਦਾ ਪੋਤਾ ਤੇ ਆ ਬਤਾਵ ਦਾ ਬੱਚਾ, ਕੋਈ ਵੀ ਭਰਾ ਜੇਕਰ ਰੌਲੀ ਵਾਲੇ ਅਰਜਨ ਦਾ ਪੋਤਾ ਬਰੂਦ ਨੂੰ ਬਾਈ ਹੋਰਾਂ ਨੂੰ ਸੰਪਰਕ ਕਰ ਸਕਦਾ, ਬਰੂਦ ਨਾਂ ਤੇ 54 ਇੰਚ ਹਾਈਟ ਆ ਬਾਈ ਹਨਾ? ਹਾਂਜੀ 54 ਇੰਚ ਹਾਈਟ ਆ, ਧਿਆਨ ਨੰਬਰ ਆ ਜੀ, ਕਰ ਲਿਓ ਘੰਟੀ ਬਾਈ ਹੋਰਾਂ ਨੂੰ ਤੇ ਮੋਗਾ ਜ਼ਿਲ੍ਹਾ ਝੰਡੇ ਵਾਲਾ ਪਿੰਡ। ਤੇ ਬਾਕੀ ਦੋਸਤੋ ਵੀਡੀਓ ਅੱਗੇ ਸ਼ੇਅਰ ਕਰ ਦਿਓ, ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।